کیا بات ہے مرشد، کیا بات ہے؟ فشار شہر ستم سے کرم بچا لائے، کرم بچا لائے، لٹا کے خوشیاں محبت کے غم بچا لائے، لٹا کے خوشیاں محبت کے غم بچا لائے، کچھ اس لیے بھی قبیلوں میں معتبر ٹھہرے، کچھ اس لیے بھی قبیلوں میں محترم ٹھہرے، ہم اپنے بازو کٹا کر الگ بچا لائے، ہم اپنے بازو کٹا کر علم بچا لائے۔ اسے مشاہدے دی روایت نو مدھول رکھ دیا، علی احمد کے مزاج انسان کے ہاتھ پکڑے ہتھیلیوں پر یقین رکھ دے، مزاج انسان کے ہاتھ پکڑے، کیا بات ہے مرشد، ہتھیلیوں پر یقین رکھ دے، حسین وہ ہے جو آسمان کی بلندیوں پر زمین رکھ دے، ان جو گھور باطل کی تیرگی سے بھی حرساں انجم تراش ڈالے، جو گھور باطل کی تیرگی سے بھی ہورسا انجم تراش ڈالے، حسین وہ ہے جو ریگزاروں پہ لا کے خود بری رکھ دے، حسین وہ ہے جو ریگزاروں پہ لا کے خود بری رکھ دے، جو لا کے خود بری رکھ دے، حسین وہ ہے جو ریگزاروں پہ لا کے خود بری رکھ دے، وہ توڑ کر حدِ ادراک تیز چلتا ہے، وہ دوڑ کر حدِ ادراک تیز چلتا ہے، جو خود ہی خاک ہے وہ خاک تیز چلتا ہے، جو خود ہی خاک ہے وہ خاک تیز چلتا ہے، کیا بات، خاک تیز چلتا ہے، رہے وفا میں میرا ہاتھ اس سے چھوٹ گیا، رہے وفا میں میرا ہاتھ اس سے چھوٹ گیا، میں سست رہو ہوں وہ چالاک تیز چلتا ہے، میں سست رہو ہوں وہ چالاک چالاک تیز چلتا ہے، وہ چالاک تیز چلتا ہے، اور یہ مجھ سے پوچھ اذیت کے کوئی اگلا پا، یہ مجھ سے پوچھ اذیت کہ کوئی اگلا پا، جب اپنی رکھنے کو بس ناک تیز چلتا ہے، پھٹا لباس ہے میں قافلے کی اوٹ میں ہوں، پہن کے وہ نئی پوشاک تیز چلتا ہے، کہ عیار زندگی ہاتھوں میں ٹوٹ جائے گا، عیار زندگی ہاتھوں میں ٹوٹ جائے گا، ضعیف ہاتھ ہے اور چاند تیز چلتا ہے، ضعیف ہاتھ ہے اور چاند تیز چلتا ہے، اے میں بھنڈے ہی نہیں گھڑتا چاک نو چکر دے کے، اے میں بھنڈے ہی نہیں گھڑتا چاک نو چکر دے کے، سورج وان گھما چھڑنا و خاک نو چکر دے کے، سورج وان گھما چھڑنا و خاک نو چکر دے کے، اور تسبیح چپے اولے لوگ کے جنت جانا چاہے، تسبیح چپے اولے لوگ کے جنت جانا چاہے، سینے
ਦੇ ਵਿੱਚ ਬੈਠੇ ਅੱਲਾ ਪਾਕ ਨੂੰ ਚੱਕਰ ਦੇਵੇ। ਵਾਹ ਵਾਹ, ਲੋੜ ਤਮਾਸ਼ਾ ਵੇਖੇ, ਉਹਨੂੰ ਆਖੋ ਵੰਜਲੀ
آواز سے مست نہ ہوتے اونوں آکھو بجلی دی آواز سے مست نہ ہوتے اونوں آکھو آ کے ساڈا توڑ تماشا دیکھے ایک فرمائش میں
ਤੇ ਦੋ ਤਿੰਨ ਬੋਲੀਆਂ ਸਿਰਫ ਇਹਨਾਂ ਦੇ ਖੇਤਰ ਦੇ ਪੇਸ਼ ਕਰਦਾ ਮੁਹੰਮਦ ਖਾਨ ਸਾਹਿਬ ਜੀ ਤੇ ਜਦ ਤੂੰ ਵੱਖਰੇ ਫੱਟ ਨਾ ਦਿੱਤੇ ਹੋਬਦਾਰਾਂ ਦੀ ਆਖੀ ਜਦ ਤੂੰ ਵੱਖਰੇ ਫੱਟ ਨਾ ਦਿੱਤੇ ਹੋਬਦਾਰਾਂ ਦੀ ਆਖੀ ਮੈਂ ਕੱਟ ਕੱਟ ਕੇ ਮਿਸਰੇ ਨੂੰ ਅਯੂ ਵਾਸਤੇ ਪੜਦਾ ਪਿਆ ਅੱਗੇ ਥਾਂ ਤੇ ਉਹਦੀ ਰੇਲ ਲੈ ਗਏ ਪਟੜੀ ਤੇ ਤਾਲੀਆਂ ਮਰਿਆ ਅਯੂ ਅਸਲ ਜਦੋਂ ਬੰਦਾ ਮੂੰਹ ਕਰੇ ਨਾ ਮੁਹੰਮਦ ਖਾਨ ਆਸਫ ਸਾਹਿਬ ਦੀ ਬੋਲੀ ਆਈ ਇਹਨਾਂ ਫਰਮਾਇਆ ਜੀ ਸਰ ਜਦੋਂ ਕਣਕ ਸਜਣਾ ਨੂੰ ਹੋਈ ਉਜਾੜ ਅੱਲੇ ਮੂੰਹ ਹੋ ਗਿਆ ਮੁਹੰਮਦ ਖਾਨ ਆਸਫ ਸਾਹਿਬ ਦੀ ਇੱਥੇ ਜਿਸ ਉਹਦੇ ਬੰਦਾ ਮੂੰਹ ਕਰੇ ਨਾ ਜੀ ਹੁਣ ਉਹ ਅੱਖੀ ਵੀ ਦਿੰਦੇ ਨੇ ਐਨਕ ਵੀ ਦਿੰਦੇ ਨੇ ਹੈਨਾ ਇੱਕ ਵਾਰੀ ਅਯੂ ਵਾਸਤੇ ਬੁੜਦਾ ਹੀ ਹਮਾਰੇ ਚ ਕਿ ਜਦ ਤੂੰ ਵੱਖਰੇ ਫੱਟ ਨਾ ਦਿੱਤੇ ਹੋਬਦਾਰਾਂ ਦੇ ਆਖੀ ਮੁੜ ਕੇ ਤੇਰਾ ਹਾਲ ਵੀ ਪੁੱਛਿਆ ਗਮਖਾਰਾਂ ਦੇ ਆਖੀ ਮੁੜ ਕੇ ਤੇਰਾ ਹਾਲ ਵੀ ਪੁੱਛਿਆ ਗਮਖਾਰਾਂ ਦੇ ਆਖੀ ਔਰ ਮੇਰੇ ਉੱਤੇ ਹੱਥ ਜਾਵਣ ਦਾ ਜ਼ਰਦਾਰਾ ਨਾ ਸੋਚੀ ਮੇਰੇ ਉੱਤੇ ਹੱਥ ਜਾਵਣ ਦਾ ਜ਼ਰਦਾਰਾ ਨਾ ਸੋਚੀ ਐਨ ਬਰਾਬਰ ਤੇਰੇ ਮੂੰਹ ਤੇ ਨਾ ਮਾਰਾ ਤੇ ਆਖੀ ਮੇਰੇ ਉੱਤੇ ਹੱਥ ਜਾਵਣ ਦਾ ਜ਼ਰਦਾਰਾ ਨਾ ਸੋਚੀ ਐਨ ਬਰਾਬਰ ਤੇਰੇ ਮੂੰਹ ਤੇ ਨਾ ਮਾਰਾ ਤੇ ਆਖੀ ਔਰ ਵੱਖਰੀ ਗੱਲ ਏ ਜੇਕਰ ਕਿਧਰੇ ਮੌਤ ਆ ਜਾਵੇ ਮੈਨੂੰ ਵੱਖਰੀ ਗੱਲ ਏ ਜੇਕਰ ਕਿਧਰੇ ਮੌਤ ਆ ਜਾਵੇ ਮੈਨੂੰ ਜ਼ਿੰਦਗੀ ਏ ਤੇਰੇ ਹੱਥੋਂ ਜੇਕਰ ਮੈਂ ਹਾਰਾਂ ਤੇ ਆਖੀ ਜ਼ਿੰਦਗੀ ਏ ਤੇਰੇ ਹੱਥੋਂ ਜੇਕਰ ਮੈਂ ਹਾਰਾਂ ਤੇ ਆਖੀ ਔਰ ਹੁਸਨ ਕਿਸੇ ਦੀ ਵਡਿਆਈ ਦੀ ਯਾਰ ਦਲੀਲ ਨਹੀਂ ਹੁੰਦਾ ਹੁਸਨ ਕਿਸੇ ਦੀ ਵਡਿਆਈ ਦੀ ਯਾਰ ਦਲੀਲ ਨਹੀਂ ਹੁੰਦਾ ਇਸ ਤੂੰ ਅਗਲੀ ਗੱਲ ਜੇ ਆਖੇ ਕਿਰਦਾਰਾਂ ਤੇ ਆਖੀ ਇਸ ਤੂੰ ਅਗਲੀ ਗੱਲ ਜੇ ਆਖੇ ਕਿਰਦਾਰਾਂ ਤੇ ਆਖੀ ਔਰ ਇਸ਼ਕ ਬਾਜ਼ਾਰੇ ਨਾਰੇ ਮਾਰਨ ਉੱਤੇ ਸ਼ੇਰ ਕੀ ਕਹਿਣਾ ਇਸ਼ਕ ਬਾਜ਼ਾਰੇ ਨਾਰੇ ਮਾਰਨ ਉੱਤੇ ਸ਼ੇਰ ਕੀ ਕਹਿਣਾ ਗਰਦਨ ਕੋਲੋਂ ਹਾਰ ਗਈਆਂ ਨੇ ਤਲਵਾਰਾਂ ਤੇ ਆਖੀ ਗਰਦਨ ਕੋਲੋਂ ਹਾਰ ਗਈਆਂ ਨੇ ਤਲਵਾਰਾਂ ਤੇ ਆਖੀ ਔਰ ਕਹਾਣੀ ਦੱਸਾਂ
ਆਖਿਆ ਤੇ ਕਸਮੇ ਚੰਨ ਬੜਾ ਚੌੜਾ ਹੋ ਗਿਆ
ਆਖਿਆ ਤੇ ਕਸਮੇ ਚੰਨ ਬੜਾ ਚੌੜਾ ਹੋ ਗਿਆ, ਚੰਨ ਬੜਾ ਚੌੜਾ ਹੋ ਗਿਆ ਔਰ ਮਾਈ ਨਹਿਰ ਦੇ ਕਿਨਾਰੇ ਪੰਪ ਰੱਖਦਾ, ਮਾਈ ਨਹਿਰ ਦੇ ਕਿਨਾਰੇ ਪੰਪ ਰੱਖਦਾ ਤੇ ਪਾਣੀਆਂ ਨੂੰ ਪੈਣ ਦਤਲਾ, ਪਾਣੀਆਂ ਨੂੰ ਪੈਣ ਦਤਲਾ, ਮਾਈ ਨਹਿਰ ਦੇ ਕਿਨਾਰੇ ਪੰਪ ਰੱਖਦਾ ਤੇ ਪਾਣੀਆਂ ਨੂੰ ਪੈਣ ਦਤਲਾ। ਔਰ ਅਸਾਂ ਸੋਹਣਿਆ ਮਸੀਤਾਂ ਵੰਡ ਲਈਆਂ, ਅਸਾਂ ਸੋਹਣਿਆ ਮਸੀਤਾਂ ਵੰਡ ਲਈਆਂ। ਤੂੰ ਵੇਹੜਿਆਂ ਦੀ ਗੱਲ ਕਰਨਾ, ਅਸਾਂ ਸੋਹਣਿਆ ਮਸੀਤਾਂ ਵੰਡ ਲਈਆਂ, ਤੂੰ ਵੇਹੜਿਆਂ ਦੀ ਗੱਲ ਕਰਨਾ, ਤੂੰ ਵੇਹੜਿਆਂ ਦੀ ਗੱਲ ਕਰਨਾ। ਔਰ ਬੋਲੀ ਸਵਾਲ ਕਰਨਾ ਜੀ, ਪਰ ਸਮਝ ਸੱਚੀ ਗੱਲ, ਸੱਚੀ ਗੱਲ ਕਿਆ ਬਾਤ। ਰੁੱਖ ਛਾਵਲਾ ਹਨੇਰੀ ਨਾਲ ਡਿੱਗਿਆ, ਰੁੱਖ ਛਾਵਲਾ ਹਨੇਰੀ ਨਾਲ ਡਿੱਗਿਆ ਤੇ ਅੱਬਾ ਮੈਨੂੰ ਚੇਤੇ ਆ ਗਿਆ।